ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ। ਅੱਜ ਅਸੀਂ ਪੰਜਾਬੀ ਵਿਰਾਸਤ ਨਾਲ ਸੰਬੰਧਿਤ ਓਟਾ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਦਾ ਸ਼ਬਦੀ ਅਰਥ ਹੈ ਓਲਾ ਜਾਂ ਪੜਦਾ। ਇਹ ਕੋਈ 3 ਕੁ ਇੰਚ ਮੋਟੀ ਅਤੇ ਉੱਚੀ ਕੰਧ ਬਣਾਈ ਜਾਂਦੀ ਸੀ, ਜਿਹਦੇ ਪੜਦੇ ਹੇਠ ਬਹਿ ਕੇ ਘਰ ਦੀਆਂ ਕੁੜੀਆਂ, ਬਹੂਆਂ, ਬੁੜੀਆਂ ਰੋਟੀ ਟੋਕ ਦਾ ਕੰਮ ਕਰਦੀਆਂ ਸੀ। ਅਤੇ ਉਹਦੇ ਅੰਦਰ ਹੀ ਛੋਟੀ ਛੋਟੀ ਮੋਰੀਆਂ ਰੱਖੀਆਂ ਜਾਂਦੀਆਂ ਸੀ, ਜਿਨ੍ਹਾਂ ਦੇ ਥਾਣੀ ਉਹ ਆਏ ਗਏ ਪ੍ਰਾਹੁਣੇ 'ਤੇ ਨਜ਼ਰ ਰੱਖਦੀਆਂ ਸੀ। ਇਹ ਜੀਵਨੀ ਮਿੱਟੀ ਲੈ ਕੇ ਉਹਦੀ ਕੰਧ ਬਣਾਈ ਜਾਂਦੀ ਸੀ, ਅਤੇ ਫਿਰ ਪਾਂਡੂ ਮਿੱਟੀ ਦਾ ਪੋਲਾ ਫੇਰ ਕੇ ਉਹਨੂੰ ਚਮਕਾ ਦਿੱਤਾ ਜਾਂਦਾ, ਅਤੇ ਉਸ ਉੱਪਰ ਕਈ ਸ਼ੌਕੀਨ ਜਨਾਨੀਆਂ ਵੇਲ ਬੂਟੇ, ਚਿੜੀਆਂ, ਜਨਾਰਾਂ ਦੀਆਂ ਮੂਰਤਾਂ ਵੀ ਬਣਾ ਦਿੰਦੀਆਂ ਸੀ। ਇਹ ਚੌਂਕੇ ਦਾ ਇੱਕ ਅਹਿਮ ਹਿੱਸਾ ਹੁੰਦਾ ਸੀ।